ਜੀ ਅਰੋੜਾ ਸਾਹਿਬ। ਹਾਂਜੀ ਹਾਂਜੀ, ਕੀ ਹਾਲ ਹੈ ਜੀ? ਏਡਾ ਸੋਹਣਾ ਸਾਹਮਣੇ ਜਿਮ ਐਕਸਰਸਾਈਜ਼ ਕਰਿਆ ਕਰੋ, ਐਕਸਰਸਾਈਜ਼ ਕਰੋ, ਆਪਣਾ ਮੋਟਾਪਾ ਘਟਾਓ, ਬਹੁਤ ਮੋਟੇ ਹੋ ਗਏ ਹੋ ਯਾਰ। ਭਾਰ ਹੀ ਵਧੀ ਜਾਂਦਾ, ਸਮਝ ਨਹੀਂ ਆਉਂਦੀ ਕੀ ਕਰਾਂ। ਹੁਣ ਤੇ ਸ਼ੂਗਰ ਤੇ ਬੀਪੀ ਦੀ ਪ੍ਰੋਬਲਮ ਵੀ ਸ਼ੁਰੂ ਹੋ ਗਈ। ਮੇਰਾ ਦਿਲ ਕਰਦਾ ਸੀ ਮੈਂ ਕਿਸੇ ਨੂੰ ਮੋਟਾ ਕਵਾਂ, ਪਰ ਲੱਗਦਾ ਨਹੀਂ ਕਦੀ ਕਹਿ ਸਕਾਂਗਾ। ਤੁਹਾਡੀ ਇੱਛਾ ਇੰਜ ਕਰਕੇ ਪੂਰੀ ਕਰਦੀ ਹੈ। ਰਜਾ ਸਾਹਿਬ ਇੱਕ ਹੁਣ ਆਇਓ ਜਰਾ। ਹਾਂਜੀ ਹਾਂਜੀ, ਕੀ ਹਾਲ ਹੈ ਜੀ? ਐ ਕਹਿ ਲਓ ਮੋਟਾ। ਉਹ ਯਾਰ ਇੱਦਾਂ ਨਹੀਂ, ਮੇਰਾ ਮਤਲਬ ਮੈਂ ਪਤਲਾ ਹੋ ਕੇ ਕਿਸੇ ਨੂੰ ਮੋਟਾ ਕਹਿ ਸਕਾਂ। ਭਾਜੀ ਫਿਰ ਘੁਮਾ ਫਿਰਾ ਕੇ ਕੋਈ ਗੱਲ ਕਰਦੇ ਹੋ, ਸਿੱਧਾ ਸਟਾਰ ਹਸਪੀਟਲ ਜਾਓ ਤੇ ਆਪਣਾ ਟ੍ਰੀਟਮੈਂਟ ਕਰਾਓ ਤੇ ਭਾਰ ਘਟਾਓ, ਨਾਲੇ ਸ਼ੂਗਰ ਤੇ ਬੀਪੀ ਵਰਗੀਆਂ ਨਾ ਮਿਲਾਜ ਬਿਮਾਰੀਆਂ ਤੋਂ ਛੁਟਕਾਰਾ ਪਾਓ। ਅੱਜ ਕੱਲ੍ਹ ਬਰੀਐਟ੍ਰਿਕ ਸਰਜਰੀ ਦੇ ਕਿੰਨੇ ਹੀ ਹਸਪੀਟਲ ਨੇ, ਸਮਝ ਨਹੀਂ ਆਉਂਦੀ ਕਿਹਦੇ ਕੋਲ ਜਾਈਏ, ਡਰ ਹੀ ਲੱਗਦਾ। ਜ਼ਰੂਰੀ ਨਹੀਂ ਸਟਾਰ ਹਸਪੀਟਲ ਵਾਲਿਆਂ ਨੇ ਬਰੀਐਟ੍ਰਿਕ ਸਰਜਰੀ ਕਰਨੀ ਆ, ਬੈਲੂਨ ਡਾਇਟ ਪਲਾਨ ਤੇ ਮੈਡੀਸਨ ਨਾਲ ਇਲਾਜ ਕਰ ਦਿੰਦੇ ਮੋਟਾਪੇ ਦਾ, ਨਾਲੇ ਜ਼ਰੂਰੀ ਨਹੀਂ ਸਰਜਰੀ ਇੱਕ ਤਰ੍ਹਾਂ ਦੀ ਕਰਦੇ ਨੇ। ਵੈ ਇੱਕ ਵਾਰੀ ਤਾਂ ਤੁਹਾਡੇ ਵਰਗੇ ਬੁੱਢਿਆਂ ਵਾਸਤੇ ਵੱਖਰੇ ਵੱਖਰੇ ਆਪਰੇਸ਼ਨ ਹੈਗੇ ਆ। ਦੇਖੋ ਜੀ, ਮੋਟਾ ਚਾਹੇ ਤੁਸੀਂ 10 ਵਾਰੀ ਕਹਿ ਲਓ, ਬੁੱਢਾ ਨਹੀਂ ਕਹਿਣਾ। ਬਜ਼ੁਰਗ ਹੀ ਕਹਿਣਾ ਮੈਨੂੰ। ਡਾਕਟਰ ਜਸਮੀਤ ਸਿੰਘ ਆਲੂਵਾਲੀਆ ਬਰੀਐਟ੍ਰਿਕ ਸਰਜਰੀ ਦੇ ਸੁਪਰ ਸਪੈਸ਼ਲਿਸਟ ਨੇ, ਉਹਨਾਂ ਨੂੰ ਮੈਡੀਕਲ ਲਾਈਨ ਦੇ ਵਿੱਚ ਮਾਸਟਰ ਸਰਜਨ ਕਹਿੰਦੇ ਆ। ਅੱਛਾ, ਇੱਕ ਹੋਰ ਗੱਲ ਐਡ ਕਰਾਂ, ਇਹਨਾਂ ਦਾ ਹਸਪੀਟਲ ਪਤਾ ਕਿੱਥੇ ਹੈਗਾ? ਹਾਰਟ ਆਫ ਦਾ ਸਿਟੀ, ਗੁਰੂ ਨਾਨਕ ਮਿਸ਼ਨ ਚੌਂਕ ਦੇ ਸਾਹਮਣੇ। ਔਰ ਇਹਨਾਂ ਦਾ ਸਟਾਫ, ਗੁੱਡ ਸਰਵਿਸ, ਸਫਾਈ ਬਹੁਤ ਹੀ ਵਧੀਆ, ਜਾਓਗੇ ਮਨ ਖੁਸ਼ ਹੋ ਜਾਏਗਾ। ਅਨੇਜਾ ਜੀ, ਆਪਾਂ ਇੱਦਾਂ ਕਰਦੇ ਹਾਂ, ਆਪਾਂ ਦੋਨੋਂ ਜਾ ਕੇ ਸਟਾਰ ਹਸਪੀਟਲ ਤੋਂ ਟ੍ਰੀਟਮੈਂਟ ਕਰਾਉਂਦੇ ਹਾਂ, ਨਾਲੇ ਤੁਹਾਡਾ ਵੀ ਦਿਲ ਕਰਦਾ ਹੋਣਾ ਕਿਸੇ ਨੂੰ ਮੋਟਾ ਕਹਿ ਸਕਾਂ। ਫੇਰ ਪਤਲੇ ਹੋ ਕੇ ਨਾ ਮੈਂ ਬਜ਼ੁਰਗਾਂ ਨੂੰ ਮੋਟਾ ਜ਼ਰੂਰ ਕਹਿਣਾ। ਉਹ ਮੈਂ ਤੈਨੂੰ ਸਲਾਹ ਦਿੱਤੀ ਹੈ, ਮੋਟਾ ਕਹਿ ਨਹੀਂ ਬਜ਼ੁਰਗ ਨਹੀਂ ਕਹਿਣਾ।